대승만 인정! 소리소리 하! 아지다지다 사다무신다라 스카오 스카날 ਹਿੰਦੁਸਤਾਨ ਨੇ ਜਿਹੜਾ ਵਿਸ਼ਵਾਸਘਾਤ ਕੀਤਾ ਉਸ ਵਿਸ਼ਵਾਸਘਾਤ ਨੂੰ ਅਸੀਂ ਦੁਨੀਆ ਵਿੱਚ ਵਾਰ ਵਾਰ ਲਿਜਾਉਂਦੇ ਹੁੰਦੇ ਹਾਂ ਕਿਉਂਕਿ ਸਾਨੂੰ ਇਨਸਾਫ ਲਫਜ਼ ਦੇ ਨਾਮ 'ਤੇ ਅੱਜ ਤੱਕ ਕੋਈ ਰਾਹਤ ਨਹੀਂ ਮਿਲੀ। ਬੇਸ਼ੱਕ 1947 ਦਾ ਸਾਡਾ ਸੰਤਾਪ ਹੋਵੇ ਜਿੱਥੇ ਸਾਡੀ ਕੌਮੀਅਤ ਖਤਮ ਕਰ ਦਿੱਤੀ ਗਈ, ਸਾਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਬਣਾ ਦਿੱਤਾ ਗਿਆ। 1909 ਦੇ ਵਿੱਚ ਅੰਗਰੇਜ਼ਾਂ ਨੇ ਸਾਨੂੰ ਇੱਕ ਅੱਡ ਕੌਮ ਮੰਨ ਕੇ ਆਨੰਦ ਮੈਰਿਜ ਐਕਟ ਦਾ ਇੱਕ ਕਾਨੂੰਨ ਪਾਸ ਕੀਤਾ। 1909 ਤੋਂ ਲੈ ਕਰਕੇ 1947 14 ਅਗਸਤ ਤੱਕ ਅਸੀਂ ਇੱਕ ਆਜ਼ਾਦ ਕੌਮ ਸੀਗੇ 31-32 ਸਾਲ। ਪਰ 15 ਅਗਸਤ 1947 ਨੇ ਸਾਨੂੰ ਗੁਲਾਮ ਬਣਾਤਾ, ਇਹ ਦੁੱਖ ਲੈ ਕੇ ਇੱਥੇ ਆਏ ਹਾਂ। ਉਸ ਤੋਂ ਬਾਅਦ 1966 'ਚ ਪੰਜਾਬ ਦੇ ਪਾਣੀ ਖੋਲ੍ਹੇ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਲ੍ਹੇ, ਚੰਡੀਗੜ੍ਹ ਖੋਲ੍ਹਿਆ, ਡੈਮਾਂ ਦੇ ਕੰਟਰੋਲ ਖੋਲ੍ਹੇ, ਤਾਂ ਸਾਨੂੰ ਕਹਿਤਾ ਹੁਣ ਤੁਸੀਂ ਪੰਜਾਬ ਲਓ। ਦਰਸ਼ਨ ਸਿੰਘ ਫੇਰੂ ਮਾਨ ਇਸੇ ਦੁੱਖ ਕਰਕੇ 74 ਦਿਨ ਪੋਖੜ ਧਾਰ ਰੱਖ ਕੇ ਸ਼ਹੀਦ ਹੋ ਗਿਆ, ਪਰ ਸੈਂਟਰ ਨੇ ਆਪਣਾ ਫੈਸਲਾ ਨਹੀਂ ਬਦਲਿਆ। 75 ਆ ਗਿਆ, ਐਮਰਜੈਂਸੀ ਲਾਤੀ। 78 ਆ ਗਿਆ, ਨਿਰੰਕਾਰੀਆਂ ਹੱਥੋਂ ਸਾਡੇ ਸਿੱਖ ਮਰਵਾਤੇ। ਕਿਸੇ ਨਿਰੰਕਾਰੀ ਨੂੰ ਅੱਜ 46 ਸਾਲ ਬਾਅਦ ਵੀ ਇੱਕ ਦਿਨ ਦੀ ਵੀ ਸਜ਼ਾ ਨਹੀਂ ਹੋਈ। ਆਖਰ 13 ਸਿੱਖਾਂ ਨੂੰ ਅੰਮ੍ਰਿਤਸਰ ਸ਼ਹਿਰ 'ਚ ਚਿੱਟੇ ਦਿਨ ਕੌਣ ਮਾਰ ਗਿਆ, ਇਹ ਅਜੇ ਵੀ ਸਾਡੀ ਬੁਝਾਰਤ ਹੈ। ਰਾਜ ਕਿਹਦਾ ਸੀ? ਪ੍ਰਕਾਸ਼ ਸਿੰਘ ਬਾਦਲ ਦਾ। ਚੀਫ ਮਿਨਿਸਟਰ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ। 84 ਹੋਇਆ, ਦੁਨੀਆ ਨੂੰ ਪਤਾ ਹੈ, ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕਰਤਾ। ਸੰਤ ਜਰਨੈਲ ਸਿੰਘ ਸਾਡਾ ਸਭ ਤੋਂ ਮਹਾਨ ਵਕਤ ਦਾ ਲੀਡਰ, ਨੌਜਵਾਨ ਲੀਡਰ ਸਾਡਾ ਕੌਮੀ, ਉਹਨੂੰ ਸ਼ਹੀਦ ਕਰਤਾ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਸਾਡੇ ਮੁੰਡਿਆਂ ਦਾ ਸ਼ਿਕਾਰ 10 ਸਾਲ ਖੇਡਿਆ, ਅੱਜ ਵੀ 4, ਅੱਜ ਵੀ 20, ਅੱਜ ਵੀ 15, ਅੱਜ ਵੀ 10, ਹਰ ਰੋਜ਼ ਝੂਠੇ ਪੁਲਿਸ ਮੁਕਾਬਲਿਆਂ 'ਚ ਸਾਡੇ ਨੌਜਵਾਨ ਸ਼ਹੀਦ ਕੀਤੇ ਗਏ। ਸਾਡੀ ਕੌਮ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਸ਼ਹੀਦ ਕਰਤਾ, ਬੈਂਤੇ ਬੁੱਚੜੋ ਜਿਹਦਾ ਪੁੱਤ ਲੱਗਿਆ ਸਾਹਮਣੇ, ਤਾਂ ਆਏ ਹਾਂ ਉਹਦੀ ਸਰਕਾਰ ਦੇ ਵਿੱਚ KPS ਗਿੱਲ ਵਾਂਗ। ਬੋਲੋ, ਜੇ ਇੱਕ ਸਾਡਾ ਵਕੀਲ ਉੱਠਿਆ ਜਸਵੰਤ ਸਿੰਘ ਖਾਲੜਾ, ਉਹਨੇ ਕਿਹਾ ਕਿ 25,000 ਲਾਸ਼ਾਂ ਮੈਂ ਲੱਭਣੀਆਂ ਨੇ, ਉਹਨੇ ਡਾਕੂਮੈਂਟ ਬਣਾ ਲਿਆ, ਫਾਈਲ ਬਣਾ ਲਈ, ਮਨੁੱਖੀ ਅਧਿਕਾਰ ਸੰਗਠਨਾਂ ਨੂੰ ਭੇਜਿਆ। ਅਗਲੇ ਹੀ ਦਿਨ KPS ਗਿੱਲ ਅਤੇ ਬੇਅੰਤ ਸਿੰਘ ਦੀ ਸਰਕਾਰ ਨੇ ਜਸਵੰਤ ਸਿੰਘ ਖਾਲੜੇ ਨੂੰ ਵੀ ਲਾਸ਼ ਬਣਾਤਾ। ਕਿਹੜਾ ਕਿਹੜਾ ਦੁੱਖ ਰੋਈਏ, ਜਸਪਾਲ ਸਿੰਘ ਚੌੜ ਸਿੱਧਵਾਂ, ਦਰਸ਼ਨ ਸਿੰਘ ਲੁਹਾਰਾ, ਇਹ ਤਾਂ ਬਾਦਲ ਨੇ ਮਾਰੇ ਨੇ, ਕਰਮਜੀਤ ਸਿੰਘ ਸੁਨਾਮ, ਹਰਵਿੰਦਰ ਸਿੰਘ ਡੱਬ ਵਾਲੀ, ਅੰਧ ਕੋਦਰ ਵਾਲੇ ਸਾਡੇ
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਚਾਰ ਬਰਨਾਲੇ ਨੇ ਮਾਰੇ ਨੇ। ਦਰਬਾਰਾ ਸਿੰਘ ਗੁਰੂ ਐਸ ਡੀ ਐਮ ਸੀ ਅਤੇ ਬਾਦਲ ਨੇ ਉਹਨੂੰ ਚੀਫ ਸੈਕਟਰੀ ਲਾਤਾ। ਐਸ ਡੀ ਐਮ ਨੂੰ ਤਰੱਕੀਆਂ ਦੇ ਕੇ ਪ੍ਰਿੰਸੀਪਲ ਸੈਕਟਰੀ ਲੈ ਗਿਆ ਬਾਦਲ, ਉਸ ਐਸ ਡੀ ਐਮ ਨੂੰ ਜਿਹਨੇ ਨਕੋਦਰ 'ਚ ਆਰਡਰ ਦੇ ਕੇ ਚਾਰ ਫੈਡਰੇਸ਼ਨ ਦੇ ਸਿੱਖ ਮੁੰਡੇ ਮਰਵਾਏ ਸੀ। ਉਹ ਮੰਗ ਕੀ ਕਰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਾਤਲ ਫੜੋ। ਇਹ 86 ਦੀ ਗੱਲ ਹੈ ਜੀ, ਆਪਾਂ ਸਮਝਦੇ 15 'ਚ ਬੇਅਦਬੀ ਹੋਈ ਹੈ, ਪਹਿਲਾਂ ਵੀ ਇਹੀ ਕੁਛ ਕਰਦੇ ਰਹੇ। ਸੋ ਇਹ ਸਾਰੇ ਜਿਹੜੇ ਦੁੱਖ ਨੇ ਸਾਡੇ, ਇਹਨਾਂ ਨੂੰ ਤੁਹਾਡੇ ਰਾਹੀਂ ਸਾਰੀ ਦੁਨੀਆ ਤੱਕ ਪਹੁੰਚਾਉਣ ਦੇ ਲਈ ਅੱਜ ਇਹ ਰੋਸ ਮੁਜ਼ਾਹਰਾ ਕੀਤਾ। ਇਹ ਲੜੀ ਹੁਣ ਲਗਾਤਾਰ ਮੈਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਅੱਡ ਥਾਵਾਂ 'ਤੇ ਚਲਾਉਂਦਾ ਰਹੂੰਗਾ ਅਤੇ ਸਾਡਾ ਪਾਰਟੀ ਸਾਰੇ ਪੰਜਾਬ 'ਚ ਲੈ ਕੇ ਜਾਊਗੀ ਇਹਨਾਂ ਗੱਲਾਂ ਨੂੰ। ਖਾਸ ਕਰਕੇ 15 ਸਤੰਬਰ ਜਦੋਂ UNO ਦੇ ਵਿੱਚ ਸੱਦਾ ਕਿ ਸਾਰੀ ਦੁਨੀਆ ਲੋਕਤੰਤਰੀ ਦਿਵਸ ਮਨਾਵੇ, ਜਮਹੂਰੀ ਦਿਵਸ ਮਨਾਵੇ, ਉਸ ਦਿਨ 15 ਸਤੰਬਰ ਨੂੰ ਸਾਡੀ ਜਮਹੂਰੀਅਤ, ਸਾਡੀ ਆਪਣੀ ਪਾਰਲੀਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀਆਂ ਚੋਣਾਂ ਹੀ ਨਹੀਂ ਕਰਾ ਰਹੇ 13 ਸਾਲ ਤੋਂ, ਉਹ ਵੀ ਅਸੀਂ ਮੰਗਦੇ ਹਾਂ ਅਤੇ SGPC ਨੂੰ ਵੀ ਫਟਕਾਰ ਪਾਉਂਦੇ ਹਾਂ ਜੇ 13 ਸਾਲ ਸਰਕਾਰਾਂ ਨੇ ਚੋਣਾਂ ਨਹੀਂ ਕਰਵਾਈਆਂ, ਤੁਸੀਂ ਇੱਕ ਦਿਨ ਵੀ ਜਰਨਲ ਹਾਲ 'ਚ ਮਤਾ ਨਹੀਂ ਪਾਸ ਕੀਤਾ, ਕਿਉਂਕਿ ਤੁਹਾਨੂੰ ਤਾਂ ਗੱਫੇ ਮਿਲ ਰਹੇ ਨੇ, ਤੁਸੀਂ ਤਾਂ ਗੱਫਿਆਂ ਪਿੱਛੇ ਪਏ ਹੋ। ਸੋ ਇਹ ਸਾਰੇ ਦਰਦ ਜਿਹੜੇ ਸਾਡੇ ਕੌਮੀ ਦਰਦ ਨੇ, ਜਿਹੜੇ ਮਨੁੱਖੀ ਅਧਿਕਾਰਾਂ ਦੇ ਦਰਦ ਨੇ, ਜਿਹੜੇ ਡੈਮੋਕ੍ਰੇਸੀ ਦੇ ਦਰਦ ਨੇ, ਉਹਨਾਂ ਨੂੰ ਬਿਆਨਣ ਦੇ ਲਈ, ਆਪ ਜੀ ਰਾਹੀਂ ਦੁਨੀਆ ਤੱਕ ਪਹੁੰਚਾਉਣ ਦੇ ਲਈ ਅੱਜ ਅਸੀਂ ਇਹ ਰੋਸ ਮੁਜ਼ਾਹਰਾ ਕੀਤਾ ਅਤੇ ਅੱਗੋਂ ਵੀ ਜਾਰੀ ਰਹੇਗਾ। ਇੰਡੀਅਨ ਸਟੇਟ ਦੀ ਅਗਲਾ ਨੈਰੇਟਿਵ ਹੈ ਕਿ ਸੰਤ ਜਰਨੈਲ ਸਿੰਘ ਜੀ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਹੈ ਕਿ ਇਹ ਇੰਦਰਾ ਗਾਂਧੀ ਦਾ ਬੰਦਾ ਸੀ। ਇਹ ਪਿਕਚਰ ਇਹ ਕਹਿੰਦੀ ਆ ਜਦੋਂ ਸਾਰੀ ਆ ਜੂਗੀ ਫਿਰ ਵੀ। ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਦਾ ਹੋਇਆ ਆਪਣੀ ਪਾਰਟੀ ਦੇ ਅਤੇ ਆਪਣੇ ਆਹ ਬਿਆਨ ਦਰਜ ਕਰਾਉਣਾ ਚਾਹੁੰਦਾ ਕਿ ਜੇ ਕਿਤੇ ਸੈਂਸਰ ਬੋਰਡ ਤੋਂ ਤਾਂ ਪਾਸ ਕਰਵਾ ਲਈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚੋਂ ਪਾਸ ਨਹੀਂ ਅਸੀਂ ਹੋਣ ਦਾਂਗੇ। ਅਸੀਂ ਪਟਿਆਲੇ ਦੇ ਵਿੱਚ ਐਮਰਜੈਂਸੀ ਨਾਮ ਦੀ ਜਿਹੜੀ ਪਿਕਚਰ ਆ ਕੰਗਨਾ ਰਣੌਤ ਦੀ, ਉਹ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਨਹੀਂ ਚੱਲਣ ਦਿਆਂਗੇ। ਉਹਦੀ ਜ਼ਿੰਮੇਵਾਰੀ ਸਰਕਾਰ ਅਤੇ ਸਿਨੇਮਾ ਘਰ ਵਾਲਿਆਂ ਦੀ ਹੋਏਗੀ, ਸਾਡੀ ਉਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੋਈ। ਸਰ, ਜਿਸ ਬੁੱਤ ਦੇ ਮੂਹਰੇ ਬੈਠ ਕੇ ਤੁਸੀਂ ਅੱਜ ਇਹ ਪ੍ਰੋਟੈਸਟ ਕਰ ਰਹੇ ਹੋ, ਉਸ ਦੇ ਰਾਜ ਵਿੱਚ ਇੱਕ ਕਾਂਡ ਹੋਇਆ ਸੀ, ਕੇਤੀਆ ਕਤਲਕਾਂਡ, ਅਤੇ ਉਹਦੇ ਬਾਰੇ ਵੀ ਅੱਜ ਉਹ ਬਿਲਕੁਲ ਉੱਦਾਂ ਹੀ ਹੈ ਜਿਵੇਂ ਅੱਜ ਕਲਕੱਤੇ ਦੇ ਵਿੱਚ ਇੱਕ ਡਾਕਟਰ ਬੱਚੀ ਦੇ ਨਾਲ ਰੇਪ ਅਤੇ ਮਰਡਰ ਹੋਇਆ, ਉਹ ਵਿਚਾਰੀ ਮਰਡਰ ਤੋਂ ਬਚ ਗਈ ਕੇਤੀਆ। ਉਹਦਾ ਬੇਅੰਤ ਸਿੰਘ ਦੇ ਰਾਜ ਦੇ ਵਿੱਚ ਉਹਦੇ ਪੋਤਰੇ ਗੁਰਕੀਰਤ ਸਿੰਘ ਨੇ, ਕੋਟਲੀ ਨੇ ਉਹਦਾ ਰੇਪ ਕੀਤਾ ਅਤੇ ਸਿਮਰਨਜੀਤ ਸਿੰਘ ਮਾਨ ਅਤੇ ਉਹਦੀ ਪਾਰਟੀ ਨੇ ਉਹਦਾ ਨੋਟਿਸ ਲੈ ਕੇ ਅਦਾਲਤ ਰਾਹੀਂ ਸਜ਼ਾ ਦਵਾਈ ਗੁਰਕੀਰਤ ਸਿੰਘ ਕੋਟਲੀ ਨੂੰ ਜੇਲ੍ਹ 'ਚ ਬੰਦ ਕਰਾਇਆ। ਇਹ ਅਸੀਂ ਉਦੋਂ ਕੀਤਾ ਅਤੇ ਅੱਜ ਜਿਹੜਾ ਡਾਕਟਰ ਨਾਲ ਹੋਇਆ ਤਾਂ ਅਸੀਂ ਕਹਿੰਦੇ ਹਾਂ ਜਿਵੇਂ ਸਾਡੀਆਂ ਧੀਆਂ ਨੂੰ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਗਿਆ, ਰੇਪ ਕੀਤਾ ਗਿਆ, ਮਣੀਪੁਰ ਦੇ ਵਿੱਚ ਆਦਿਵਾਸੀਆਂ ਦੀਆਂ ਬੱਚੀਆਂ ਨੂੰ, ਧੀਆਂ ਨੂੰ ਨੰਗਾ ਸੜਕਾਂ 'ਤੇ ਨਚਾਇਆ ਗਿਆ, ਉਹ ਇਸ ਮੁਲਕ ਦੀ ਇੱਕ ਰਵਾਇਤ ਬਣ ਗਈ ਹੈ। ਪਰ ਮੈਂ ਪਹਿਲਾਂ ਹੀ ਕਹਿੰਦਾ, ਮੈਂ ਬੜੀ ਵਾਰ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜਾ ਦੇਸ਼ ਦੇਵਦਾਸੀਆਂ ਦੀ